कई दिनों से हमारे रूम में छेड़खानी करने लड़के आते हैं कई बार हमने शिकायत भी दर्ज करवाई है लेकिन इसका कोई कार्यवाही नहीं की गई मेरे बेड के नीचे आज एक चिप मिली है जो गैर कानूनी है एक तरह की कैमरे लगाए जाते हैं वॉशरूम में भी पहले कई बार कैमरे लगे हैं चिप लगाई गई है ये ये देखिए सब तो पहलाते लानत उन परिवारों पे ऊपर ਜਿਨ੍ਹਾਂ ਨੂੰ ਪਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਪੂਰੀ ਦੁਨੀਆ ਦੇ ਵਿੱਚ ਇਹ ਕੁੱਤੇ ਸਾ ਦਾ ਇਹਦਾ ਡੇਰਾ ਜਿਹੜਾ ਵਾ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਉੱਥੇ ਧੀਆਂ ਪੈਣਾਂ ਦਾ ਸ਼ੋਸ਼ਣ ਹੁੰਦਾ ਵਾ ਤੇ ਕੀ ਗੱਲ ਇਹ ਕਾਦੇ ਵਾਸਤੇ ਧੀਆਂ ਪੈਣ ਆਪਣੀਆਂ ਭੇਜਦੇ ਉੱਥੇ ਉਹ ਰੋ ਰੋ ਕੇ ਨਾ ਉਹ ਚਫੀਆਂ ਪਾਪ ਆ ਉਹਦੀ ਫੋਟੋ ਨੂੰ ਰੋਂਡੀਆਂ ਜੀ ਸਾਡੇ ਪਿਤਾ ਜੀ ਬੜੇ ਮੂ ਤੁਹਾਡੇ ਇਹੋ ਜਿਹੇ ਪਿਤਾ ਤੇ ਤੁਹਾਡਾ ਇਹੋ ਜੀ ਗੰਦੀ ਔਲਾਦ ਦਾ ਜਿਹੜਾ ਉੱਥੇ ਜਾਂਦੇ ਆ ਅੱਜ ਰੋਂਡਿਓ ਦਾਦੂਵਾਲ ਸਾਹਿਬ ਬੜੀ ਚੜਤੀ ਕੋਲਾ ਇਨਸਾਨ ਹੈ ਤੇ ਉਹਨਾਂ ਨੂੰ ਮੈਂ ਜਦੋਂ ਫੋਨ ਕਰਕੇ ਪੁੱਛਿਆ ਤੇ ਦੱਸਿਆ ਉਹਨਾਂ ਨੂੰ ਅੱਜ ਮੇਰੇ ਖਿਆਲ ਦੇ ਨਾਲ 4 ਦਿਨ ਹੋ ਗਏ ਆ ਤੇ ਮੈਂ ਦੁਖੀ ਹਿਰਦੇ ਨਾਲ ਕਹਿ ਰਿਹਾ ਆ ਕਿ ਇਹੋ ਜਿਹੇ ਜਥੇਦਾਰਾਂ ਨੂੰ ਦੱਸੋ ਆਪਾਂ ਕੀ ਫੋੜੇ ਤੇ ਲਾਉਣੇ ਹੈ ਜਹੇਦਾਰ ਇਹੋ ਜੇ ਤੁਹਾਨੂੰ ਕੀਤਾ ਹੋਵੇ ਬਾਦਲ ਨੇ ਫੋਨ ਤੁਹਾਨੂੰ ਕੀਤਾ ਹੋਵੇ ਕੈਪਟਨ ਨੇ ਫੋਨ ਜਾਂ ਕਿਸੇ ਮੰਤਰੀ ਦੀ ਭੈਣ ਦੀ ਬੇਪਤੀ ਹੁੰਦੀ ਹੋਵੇ ਫਿਰ ਤੁਸੀਂ ਮੈਂ ਕਹਿੰਦਾ ਜਹੇਦਾਰ ਉਹ ਗੱਡੀ ਮਿੰਟੋ ਮਿੰਟ ਭਜਾ ਖੜਦੇ ਹੋ ਆਕਾਲ ਤਖਤ ਦੇ ਜਥੇਦਾਰ ਨੂੰ ਮੈਂ ਉਸ ਦਿਨ ਵੀ ਕਿਹਾ ਸੀ ਮੈਂ ਆਪਣੇ ਪ੍ਰਧਾਨਾਂ ਨੂੰ ਵੀ ਕਹਿਣਾ ਵਾਂ ਕਿ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਨਾ ਹੱਥਾਂ ਦੇ ਵਿੱਚ ਚੂੜੀਆਂ ਪਾ ਲਓ ਤਾਨੂੰ ਮੈਂ ਤਿੰਨਾ ਮਿੰਟ ਦੱਸਾਂਗਾ ਅ ਜਿਹੜੇ ਤੁਹਾਡੇ ਕੋਲੋਂ ਗਰਮਾਣੀ ਦੀਆਂ ਸੋਹਾਂ ਖਾ ਕੇ ਜਿਹੜੇ ਮੁਕਰ ਦੇ ਨਜ਼ਰ ਹੁੰਦੇ ਨਾ ਥੰਮਾਂ ਨਾਲ ਲਿਆ ਕੇ ਨਾਣਾ ਚਿੱਤੜ ਕੋਟੇ ਨਾਲ ਦੇ ਤੇ ਪਿਓ ਦਾ ਪੁੱਤ ਨਾ ਕਿ ਉਹਦੀ ਮੈਨੂੰ ਹਾਂ ਅੱਜ ਇੱਕ ਗੱਲ ਹੈਗੀ ਆ ਅੱਜ ਜੇ ਕਿਸੇ ਕਿਸੇ ਮੰਤਰੀ ਦੀ ਇਹਦੇ ਬੱਚੀ ਨਾਲ ਚਿੱਪ ਥੱਲੇ ਲੱਗੀ ਹੁੰਦੀ ਕਿਸੇ ਮੰਤਰੀ ਦੀ ਕੁੜੀ ਦਾ ਛੇੜਛਾੜ ਹੋਈ ਹੁੰਦੀ ਫੇਰ ਮੈਂ ਕਹਾਂ ਮਿੱਤਰੋ ਤੁਸੀਂ ਬੜਾ ਕੁਝ ਕਰਨਾ ਸੀ ਪ੍ਰਸ਼ਾਸਨ ਨੂੰ ਬਾਅਦ ਚੋਂ ਤੁਸੀਂ ਜਾ ਕੇ ਫੋਨ ਕਰਿਆ ਕਰੋ ਵੀ ਸਿਰ ਆ ਵੜ ਕੇ ਲੈ ਜਾਂਦਾ ਮਿੱਤਰਾ ਇਹਨੇ ਸਾਡੇ ਧੀ ਪੈਣਾ ਬੇਪਤੀ ਜੋ ਕਾਰਵਾਈ ਕਰਨੀ ਆ ਕਰ ਲਾ ਬੀਲੋ ਚੈਨਲ ਦੇਖ ਰਹੇ ਸਾਰੇ ਦਸ਼ਕਾਂ ਦਾ ਹੀ ਮੈਂ ਇੱਕ ਵਾਰ ਫਿਰ ਤੋਂ ਹਾਜ਼ਿਰ ਕਰੇ ਵਾ ਸਵਾਗਤ ਕਰਦਾ ਹਾਂ ਪਿਛਲੀ ਜਿਹੜੀ ਸੋਸ਼ਲ ਮੀਡੀਆ ਦੇ ਇੱਕ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਜਿਹੜੇ ਕਿ ਨਰਸਾਂ ਜਿਹੜੀਆਂ ਵਾ ਰੋ ਰੋ ਕੇ ਜਿਹੜਾ ਆਪਣਾ ਹਾਲ ਦੱਸ ਰੀਆਂ ਨੇ ਇਹ ਜਿਹੜੀ ਵੀਡੀਓ ਆ ਸ਼ਾ ਸ਼ਤਰਾਮ ਹਸਤਾਦੀ ਆ ਜਿਹੜੇ ਕਿ ਰਾਮ ਰਹੀਮ ਦੇ ਹਸਤਾਦੇ ਵੀਡੀਓ ਆ ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸਾਡੇ ਨਾਲ ਇਸ ਮੁੱਦੇ ਤੇ ਸੰਤ ਸਪਾਈ ਗਰੁੱਪ ਦੇ ਜਿਹੜੇ ਆ ਅਹੁਦੇਦਾਰ ਆ ਸਰਦਾਰ ਦਵਿੰਦਰ ਸਿੰਘ ਜੀ ਤੇ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਹੀ ਦਵਿੰਦਰ ਸਿੰਘ ਜੀ ਜਦੋਂ ਕਿਤੇ ਜਿਹੜੀਆਂ ਭੈਣਾਂ ਦੇ ਮਸਲੇ ਵਿੱਚ ਮੈਸ਼ੇਸ਼ਾਈ ਜਦੋਂ ਵੱਧ ਚੜਕੇ ਹਿੱਸਾ ਲੈਂਦੇ ਨੇ ਅਤੇ ਉਹਨਾਂ ਦੀ ਰਾਖੀ ਕਰਦੇ ਨੇ ਤੇ ਗੱਲਬਾਤ ਕਰਦੇ ਆ ਉਹਨਾਂ ਨਾਲ ਉਹਨਾਂ ਦੇ ਇਹਨਾਂ ਬਾਰੇ ਕੀ ਕਹਿਣਾ ਹੈ ਅਦਮਿਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਪੰਜਾਬੀ ਲੋਕ ਚੈਨਲ ਦਾ ਕਿਸ ਸੰਭੇ ਸਮੇਂ ਤੇ ਸਾਨੂੰ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਤੇ ਸਾਨੂੰ ਆਪਣੇ ਵਿਚਾਰ ਜਿਹੜੇ ਆ ਉਹ ਸੰਗਤ ਸਾਹਮਣੇ ਰੱਖਣ ਦਾ ਮੌਕਾ ਬਖਸ਼ਦੇ ਆ ਜੀ ਅਦਮਿਤ ਸਿੰਘ ਜੀ ਤੁਸੀਂ ਵੀਡੀਓ ਦੇਖੀ ਹੋਗੀ ਜਿਹੜੀ ਇੱਕ ਵੀਡੀਓ ਕਾਫੀ viral ਹੋ ਰਹੀ ਹੈ ਜਿਹੜੀ ਕਿ ਨਰਸਾਂ ਵਿਚਾਲੀਆਂ ਰੋ ਇਹਦੇ ਬਾਅਦ ਤੁਹਾਡਾ ਕੀ ਕਹਿਣਾ ਹੈ ਅੱਜ ਬਿਲਕੁਲ ਜੀ ਇਹ ਜਿਹੜੀ ਭੈਣਾ ਦੀ ਸਾਡੀ ਵੀਡੀਓ ਸੀ ਜਿਹੜੀ ਇਹ ਮੈਨੂੰ ਵੀ ਸੰਤ ਸਪਾਹੀ ਸਾਡੇ ਗਰੁੱਪ ਦੇ ਵਿੱਚ ਕਿਸੇ ਸੱਜਣ ਨੇ ਮੈਨੂੰ ਸੈਂਡ ਕੀਤੀ ਸੀ ਤੇ ਅਮਾ ਉਸੇ ਵੇਲੇ ਵੀਡੀਓ ਅੱਧੀ ਦੇਖੀ ਜੇ ਮੈਂ ਅੱਧੀ ਦੇਖੀ ਤੇ ਨਾਲ ਹੀ ਮੈਂ ਬਲਜੀਤ ਸਿੰਘ ਦਾਦੂਵਾਲ ਉਹਨਾਂ ਨੂੰ ਫੋਨ ਕੀਤਾ ਤੇ ਬਾਕਾਇਦਾ ਮੇਰੇ ਕੋਲ ਉਹ ਰਿਕਾਰਡਿੰਗ ਪਈ ਹੋਈ ਆ ਔਰ ਮੈਂ ਜਦੋਂ ਉਹਨਾਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਦਾਦੂਵਾਲ ਸਾਹਿਬ ਦੇ ਕਿਸੇ ਸੱਜਣ ਨੇ ਜਾਂ ਸੇਵਾਦਾਰ ਨੇ ਫੋਨ ਚੱਕਿਆ ਤੇ ਮੈਂ ਤੁਹਾਨੂੰ ਕਹਾ ਕਿ ਮੈਨੂੰ ਦਾਦੂਵਾਲ ਸਾਹਿਬ ਨਾਲ ਮੇਰੀ ਗੱਲ ਕਰਵਾਓ ਮੈਂ ਬਹੁਤ ਗੰਭੀਰ ਮਸਲੇ ਤੇ ਗੱਲ ਕਰਨੀ ਆ ਕਿ ਜਿਹੜਾ ਆਹਾ ਸਾਹ ਸੁਲਤਾਨ ਹਸਪੀਟਲ ਆ ਸਰਸੇ ਦੇ ਵਿੱਚ ਉਹਦੇ ਬਾਰੇ ਮੈਂ ਗੱਲ ਕਰਨੀ ਆ ਕਿ ਉੱਥੇ ਵਿਚਾਰੀਆਂ ਸਾਡੀਆਂ ਭੈਣਾਂ ਕੁਝ ਰੋ ਰਹੀਆਂ ਨੇ ਜਿਨ੍ਹਾਂ ਦੇ ਨਾਲ ਜ਼ਾਤੀ ਹੋ ਰਹੀ ਆ ਕਿ ਉਹਨਾਂ ਦੇ ਬੈੱਡ ਦੇ ਥੱਲੇ ਚਿਪ ਲਗਾਈਆਂ ਰੇ ਉਹਨਾਂ ਦੇ ਜਿਹੜੇ ਰਹਿਣ ਵਾਲੇ ਰਾਤ ਕਮਰੇ ਰੁਕਣ ਵਾਲੇ ਉਹਨਾਂ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਲਗਾਏ ਆ ਜਿਹੜੇ ਕਿ ਮੈਂ ਸਮਝਦਾ ਮੰਦਭਾਗ ਘਟਨਾ ਵਾਹੇ ਬੇਸ਼ਰਮੀ ਦੀ ਹੱਦ ਆ ਇਹ ਤੇ ਮੈਂ ਸਮਝਦਾ ਸੀ ਕਿ ਜਦੋਂ ਅੱਜ ਸਾਡੀ ਸਿੱਖ ਸੰਸਥਾ ਜਿਹੜੀ ਆ ਉਥੇ ਕਾਬਜ ਹੋਈ ਆ ਤੇ ਕਿਤੇ ਕਿ ਜਿੱਥੇ ਵੀ ਕਿਤੇ ਮਜਲੂਮ ਦੇ ਨਾਲ ਤੱਕਾ ਹੁੰਦਾ ਵਾ ਹੋਰ ਕੋਈ ਪਹੁੰਚੇ ਨਾ ਪਹੁੰਚੇ ਸਭ ਤੋਂ ਪਹਿਲਾਂ ਸਰਦਾਰ ਪਹੁੰਚਦੇ ਪਹੁੰਚਦੇ ਨੇ ਤੇ ਇਸ ਸੋਚ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਦਾਦੂਵਾਲ ਸਾਹਿਬ ਬੜੀ ਚੜ੍ਹਦੀ ਕਲਾ ਇਨਸਾਨ ਹੈ ਤੇ ਉਹਨਾਂ ਨੂੰ ਮੈਂ ਜਦੋਂ ਫੋਨ ਕਰਕੇ ਪੁੱਛਿਆ ਤੇ ਦੱਸਿਆ ਉਹਨਾਂ ਨੂੰ ਤੇ ਅੱਜ ਮੇਰੇ ਖਿਆਲ ਦੇ ਨਾਲ 4 ਦਿਨ ਹੋ ਗਏ ਆ ਤੇ ਮੈਂ ਦੁਖੀ ਹਿਰਦੇ ਨਾਲ ਕਹਿ ਰਿਹਾ ਵਾਂ ਕਿ ਇਹੋ ਜਿਹੇ ਜ਼ਥੇਦਾਰਾਂ ਨੂੰ ਦੱਸੋ ਆਪਾਂ ਕੀ ਫੋੜੇ ਤੇ ਲਾਉਣੇ ਹੈ ਜ਼ਥੇਦਾਰ ਇਹੋ ਜਿਹੇ ਕੋਰੋਨਾ ਵਸਲਿਆਂ ਦੇ ਵਿੱਚ ਤੁਸੀਂ ਵੱਧ ਚੜ ਕੇ ਮੈਗਾ ਨਾ ਪਹਿਲ ਦੇ ਆਧਾਰ ਤੇ ਕੰਮ ਕਰਦੇ ਹੋ ਤੁਹਾਨੂੰ ਕੀਤਾ ਹੋਵੇ ਬਾਦਲ ਨੇ ਫੋਨ ਤੁਹਾਨੂੰ ਕੀਤਾ ਹੋਵੇ ਕੈਪਟਨ ਨੇ ਫੋਨ ਜਾਂ ਕਿਸੇ ਮੰਤਰੀ ਦੀ ਭੈਣ ਦੀ ਬੇਪਤੀ ਹੁੰਦੀ ਹੋਵੇ ਫਿਰ ਤੁਸੀਂ ਮੈਗਾ ਨਾ ਜਹੇਦਾਰੋ ਗੱਡੀ ਮਿੰਟ ਤੋਂ ਮਿੰਟ ਭਜਾ ਖੜਦੇ ਹੋ ਅੱਜ ਤੁਸੀਂ ਉੱਥੇ ਕਹਿੰਦੇ ਹੋ ਕਿ ਅਸੀਂ ਕਰੋਨਾ ਦੇ ਨਾਂ ਦੇ ਜੀ 14 ਦਿਨ ਵਾਸਤੇ ਆਈਸੋਲੇਟ ਹੋਏ ਆ ਕੀ ਗੱਲ ਤੁਹਾਡੇ ਡੇਰੇ ਦੇ ਹੋਰ ਸਿੰਘ ਨਹੀਂ ਜਾਂ ਤੁਸੀਂ ਭੇਜਿਆ ਜੇ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਪਹਿਲ ਦੇ ਆਧਾਰ ਤੇ ਸਾਨੂੰ ਕੋਈ ਦੱਸਿਆ ਸਾਨੂੰ ਕਾਰਵਾਈ ਕੀ ਬਣਿਆ ਕੀ ਨਹੀਂ ਅਸੀਂ ਦੂਰ ਬੈਠੇ ਆ ਅੱਜ ਅੰਮ੍ਰਿਤਸਰ ਧਰਤੀ ਤੇ ਬੈਠੇ ਆ ਅਸੀਂ ਜਾਂ ਸਾਡਾ ਉੱਥੋਂ ਦਾ ਕੋਈ ਮੈਨੇਜ ਹੈ ਨਹੀਂ ਕੋ ਸਾਡਾ ਜੇ ਕੋ ਗਰੁੱਪ ਮੈਂਬਰ ਨਹੀਂ ਬਣਿਆ ਕਿਉਂਕਿ ਅਸੀਂ ਪੰਜਾਬ ਦੇ ਹੰਦੰਦਰੀ ਕੰਮ ਕਰ ਰਹੇ ਆ ਸਿਰਫ ਤੇ ਸੋ ਜੇ ਤੁਹਾਨੂੰ ਸਤਿਗੁਰੂ ਨੇ ਨਿਯਮਤ ਬਖਸ਼ੀ ਆ ਉਧਰ ਦੀ ਪ੍ਰਧਾਨਗੀ ਬਖਸ਼ੀ ਆ ਗੁਰਦੁਆਰਾ ਸਾਹਿਬ ਦੀ ਤੇ ਤੁਹਾਨੂੰ ਪਹਿਲ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ ਸੀ ਤੇ ਮੈਂ ਸਮਝਦਾ ਵਾਂ ਇਹ ਸਾਡੇ ਜਹੇਦਾਰਾਂ ਦੀਆਂ ਨਾਕਾਮੀਆਂ ਹੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਡੇਰੇਵਾਦ ਨੂੰ ਜਿਹੜਾ ਵਾ ਉਹ ਬੜਾਵਾ ਮਿਲ ਰਿਹਾ ਹੈ ਗੱਲ ਕਰੀ ਦਿਵਿੰਦਰ ਜੀ ਜਿੱਥੇ ਕਿ ਇਹ ਸੋਦਾ ਸਾਧ ਜਿਹੜਾ ਵਾ ਉਹ ਅੱਗੇ ਹੀ ਬਲਾ ਤੇ ਫਿਰ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਆਪਣੀਆਂ ਲੜਕੀਆਂ ਨੂੰ ਖਾ ਕੇ ਜਿਹੜੀ ਜਵਾਲ ਲੜਕੀਆਂ ਨੂੰ ਹਜੇ ਵੀ ਡੇਰੇਆਂ ਵਿੱਚ ਜਾਂ ਕਹਿ ਸਕਦੇ ਆ ਕਿ ਇਹਨਾਂ ਹਜੇ ਹਸਪਤਾਲਾਂ ਵਿੱਚ ਕੰਮ ਕਰਵਾਉਂਦੇ ਕਿਉਂ ਭੇਜਦੇ ਨੇ ਵੀਰ ਜੀ ਸਭ ਤੋਂ ਪਹਿਲਾਂ ਤੇ ਲਾਹਣਤ ਉਹਨਾਂ ਪਰਿਵਾਰਾਂ ਦੇ ਉੱਪਰ ਜਿਨ੍ਹਾਂ ਨੂੰ ਪਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਪੂਰੀ ਦੁਨੀਆ ਦੇ ਵਿੱਚ ਇਹ ਕੁੱਤੇ ਸਾਹ ਦਾ ਇਹਦਾ ਡੇਰਾ ਜਿਹੜਾ ਵਾ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਉੱਥੇ ਧੀਆਂ ਪੈਣਾਂ ਦਾ ਸ਼ੋਸ਼ਣ ਹੁੰਦਾ ਵਾ ਤੇ ਕੀ ਗੱਲ ਇਹ ਕਾਦੇ ਵਾਸਤੇ ਧੀਆਂ ਪੈਣ ਆਪਣੀਆਂ ਭੇਜਦੇ ਉੱਥੇ ਫਿਰ ਸਾਨੂੰ ਰੋਕੇ ਬਿਆਨ ਕਰਕੇ ਦੱਸਦੇ ਨੇ ਕੀ ਗੱਲ ਤੁਹਾਡੀ ਜਮੀਰ ਮਰ ਗਈ ਆ ਤੁਸੀਂ ਨਹੀਂ ਸ਼ਰੀਸਾ ਫੜ ਕੇ ਜਾ ਕੇ ਉਹ ਕੰਜਰ ਨੂੰ ਜਾ ਕੇ ਪੁੱਛ ਸਕਦੇ ਉਹ ਤੇ ਜੇਲ੍ਹ ਚ ਬੈਠਾ ਉਹਦੇ ਬਾਕੀ ਦੇ ਮੰਗਰ ਚੇਲੇ ਚਪਾਟੇ ਜਿਹੜੇ ਇਦਾਂ ਦੇ ਕਰਤੂਤਾਂ ਕਰਦੇ ਫਿਰਦੇ ਆ ਫੜ ਕੇ ਤੈਨੂੰ ਪਾਓ ਬੋਰੀ ਦੇ ਵਿੱਚ ਇਹਨਾਂ ਨੂੰ ਪਾਓ ਲਓ ਸੌਦਾ ਇਹਨਾਂ ਨੂੰ ਤੇ ਜੇ ਤੁਹਾਡੇ ਕੋਲ ਨਹੀਂ ਕੁਝ ਹੁੰਦਾ ਪ੍ਰਸ਼ਾਸਨ ਨੂੰ ਕਹਿੰਦਾ ਤੇ ਇੱਕ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਆਕਾਲ ਤਖਤ ਦੇ ਜਥੇਦਾਰ ਨੂੰ ਮੈਂ ਉਸ ਦਿਨ ਵੀ ਕਿਹਾ ਸੀ ਮੈਂ ਆਪਣੇ ਪ੍ਰਧਾਨਾਂ ਨੂੰ ਵੀ ਕਹਿਨਾ ਮੈਂ ਕਿ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਨਾ ਹੱਥਾਂ ਦੇ ਵਿੱਚ ਚੂੜੀਆਂ ਪਾ ਲੋ ਦਵਿੰਦਰ ਸਿੰਘ ਨੂੰ ਕਿਹਾ ਸੰਤਿਸ਼ਪਾਈ ਵਾਲਿਆਂ ਨੂੰ 3 ਮਹੀਨੇ ਕਿਤੇ ਮੈਂ ਤੁਹਾਡੇ ਕੋਲ ਜ਼ਹਿਦਾਰੀਆਂ ਨਹੀਂ ਮੰਗਦਾ ਤੁਹਾਡੇ ਕੋਲ ਪਾ 3 ਮਹੀਨੇ ਮੈਨੂੰ ਪੂਰੀ ਅਥਾਰਟੀ ਦੇ ਦਿਓ ਕਿ ਸੇਖ ਕੌਮ ਦਾ ਕੋਈ ਵੀ ਕਿਤੇ ਹੋ ਜਾ ਕੰਮ ਆ ਸਭ ਤੋਂ ਵੱਧ ਫੈਸਲੇ ਲੈਣ ਦਾ ਨੂੰ ਅਧਿਕਾਰ ਹੋਵੇਗਾ ਤੁਹਾਨੂੰ ਮੈਂ 3 ਮਹੀਨੇ ਦੱਸਾਂਗਾ ਆ ਜਿਹੜੇ ਤੁਹਾਡੇ ਕੋਲੋਂ ਗਰਮਾਣੀ ਦੀਆਂ ਸੌਹਾਂ ਖਾ ਕੇ ਜਿਹੜੇ ਮੁਕਰ ਦੇ ਨਜ਼ਰ ਹੁੰਦੇ ਨਾ ਥੰਮਾਂ ਨਾਲ ਲਿਆ ਕੇ ਨਾਣਾ ਚਿੱਤੜ ਕੋਟੇ ਨਾਲ ਦੇ ਤੇ ਪਿਓ ਦਾ ਪੁੱਤ ਨਾ ਕਿਉਂਦੀ ਮੈਨੂੰ ਇਹ ਗੱਲ ਕਹੀ ਦਵਿੰਦਰ ਜੀ ਇਸ ਤੋਂ ਇਹ ਸਾਬਤ ਹੁੰਦਾ ਵਾ ਕਿ ਜਿਹੜੇ ਕਿ ਨਾ ਰਾਮ ਨਹੀਮ ਦੇ ਜਿਹੜੇ ਹਸਪਤਾਲਾਂ 'ਚ ਜਾਂ ਜਿਹੜੇ ਆਸ਼ਰਮਾਂ 'ਚ ਪੰਜਾਬ ਦੇ ਵਿੱਚ ਕਿਹੜਾ ਡੇਰਾਵਾਦਿਆ ਜਿੱਥੇ ਅਸ਼ਰੀਰ ਹਰਕਤਾਂ ਨਹੀਂ ਹੋ ਰਹੀਆਂ ਬੱਚਿਆਂ ਦਾ ਸ਼ੋਸ਼ਣ ਨਹੀਂ ਹੋ ਰਿਹਾ ਜਾਂ ਕਿਸੇ ਨਾਲ ਮਾੜਾ ਦੁਰਵਿਹਾਰ ਨਹੀਂ ਹੋ ਰਿਹਾ ਇਹ ਕਈ ਤੇ ਇਹੋ ਜਿਹੇ ਮੈਂ ਕਹਿੰਨਾ ਆਪਣੇ ਆਪ ਨੂੰ ਅਸੀਂ ਵੀ ਆਹ ਸੋਸ਼ਲ ਮੀਡੀਆ ਤੇ ਵੇਨੇ ਆ ਉਹ ਰੋ ਰੋ ਕੇ ਨਾ ਉਹ ਜਫੀਆਂ ਪਾਪ ਆ ਉਹਦੇ ਫੋਟੋ ਨੂੰ ਰੋਣ ਲੀਆਂ ਜੀ ਸਾਡੇ ਪਿਤਾ ਜੀ ਬੜੇ ਨੂੰ ਤੁਹਾਡੇ ਇਹੋ ਜਿਹੇ ਪਿਤਾ ਤੇ ਤੁਹਾਡਾ ਇਹੋ ਜੀ ਗੰਦੀ ਔਲਾਦ ਦਾ ਜਿਹੜਾ ਉੱਥੇ ਜਾਂਦੇ ਆ ਅੱਜ ਰੋਣ ਦਿਓ ਜਿਹੜੀਆਂ ਭੈਣਾਂ ਦੇ ਨਾਲ ਇਹ ਸ਼ੋਸ਼ਣ ਹੁੰਦਾ ਮੈਂ ਉਹਨਾਂ ਨੂੰ ਭੈਣਾਂ ਨੂੰ ਬੇਨਤੀ ਕਰਦਾ ਗੁਰੂ ਵਾਲੇ ਬਣੋ ਇਹਨਾਂ ਕੁੱਤਿਆਂ ਦੀਆਂ ਇਹਨਾਂ ਕੰਜਰਾਂ ਦੀਆਂ ਮੈਂ ਕਹਿੰਦਾ ਚੁੱਗਲਾਂ ਦੇ ਵਿੱਚੋਂ ਬਾਹਰ ਨਿਕਲੋ ਸ਼੍ਰੀ ਸਾਹਿਬ ਵੱਡੀਆਂ ਪਾਓ ਜੇ ਕੋ ਤੁਹਾਡੀ ਇੱਜ਼ਤ ਨੂੰ ਪੈਂਦਾ ਵਾਣਾ ਤੇ ਮੈਂ ਕਹਿੰਦਾ ਸ਼ਰੇਆਮ ਤੌਣ ਲਾ ਕੇ ਛੱਡ ਦਿਓ ਫਿਰ ਅਸੀਂ ਵੇਖਾਂਗੇ ਤੇ ਪ੍ਰਸ਼ਾਸਨ ਨੂੰ ਆਪੇ ਜਵਾਬ ਦੇ ਲਾਂਗੇ ਅਸੀਂ ਗੱਲ ਕਰੀ ਜ ਦਿਵਿੰਦਰ ਜੀ ਸਰਕਾਰਾਂ ਕਿਉਂ ਸੁੱਤੀਆਂ ਪਈਆਂ ਜਿਹੇ ਮਾਮਲੇ 'ਚ ਸਰਕਾਰ ਨੇ ਅਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਕਿ ਲੱਗਦਾ ਨਹੀਂ ਸਰਕਾਰਾਂ ਸਿਰਫ ਵੋਟਾਂ ਕਰਕੇ ਹੀ ਡੇਰੇ ਆਉਂਦੀਆਂ ਹਾਂ ਸਰਦਾਰ ਜੀ ਇਹ ਨਾਰਾ ਲਾਉਣ ਜਾਣਦੇ ਸਿਰਫ ਵੋਟਾਂ ਦੇ ਨਾਂ ਤੇ ਬੇਟੀ ਪੜਾਓ ਤੇ ਬੇਟੀ ਬਚਾਓ ਹਾਲਾਂਕਿ ਇਹੀ ਭਾਜਪਾ ਦੇ ਲੀਡਰ ਇਹੀ ਸਰਕਾਰਾਂ ਇਹਨਾਂ ਧੀਆਂ ਪੈਣਾ ਦੇ ਨਾਲ ਜਦੋਂ ਵੋਟਾਂ ਜਿੱਤ ਜਾਂਦੇ ਨੇ ਤੇ ਇਹਨਾਂ ਧੀਆਂ ਪੈਣ ਦੇ ਨਾਲ ਬਗਾਨੇ ਹੋਟਲਾਂ ਦੇ ਵਿੱਚੋਂ ਫੜੇ ਜਾਂਦੇ ਨੇ ਤੇ ਲੱਤਾਂ ਤੜਾਉਂਦੇ ਨਜ਼ਰ ਆਉਂਦੇ ਉਤੋਂ ਛਾਲਾਂ ਮਾਰਦੇ ਨਜ਼ਰ ਆਉਂਦੇ ਆ ਭਾਜ ਦੇ ਨਜ਼ਰ ਆਉਂਦੇ ਆ ਸਿਰਫ ਤੇ ਸਿਰਫ ਕਿਸੇ ਨੇ ਕਿਸੇ ਦੀ ਕੋਈ ਮਦਦ ਨਹੀਂ ਵੀਰੇ ਕਰਨੀ ਜੇ ਆਪਾਂ ਆਪਣੀਆਂ ਧੀਆਂ ਪੈਣਾ ਦੀ ਬੇਪਤੀ ਨੂੰ ਅਸੀਂ ਬਚਾਉਣਾ ਚਾਹੁੰਦੇ ਆ ਤੇ ਸਾਨੂੰ ਨਿਤਰ ਕੇ ਸਰਕਾਰ ਦੀ ਬਿਣਾ ਪਰਵਾਹ ਕੀਤੀਆਂ ਕਿਸੇ ਵੀ ਕੋ ਪਿੰਡ ਦੇ ਵਿੱਚ ਕਿਸੇ ਧੀ ਪੈਣਾ ਰੇਪ ਹੁੰਦਾ ਵਾ ਜਾਂ ਕਿਸੇ ਨਾਲ ਕੋ ਬਲਤਕਾਰ ਹੁੰਦਾ ਵਾ ਤੇ ਮੈਂ ਕਹਿੰਨਾ ਪਿੰਡ ਦੇ ਨੌਜਵਾਨ ਅੱਗੇ ਆਉਣ ਮੱਲੇ ਵਾਲੇ ਅੱਗੇ ਆਉਣ ਸ਼ਹਿਰ ਵਾਲੇ ਅੱਗੇ ਆਉਣ ਪ੍ਰਸ਼ਾਸਨ ਨੂੰ ਛੱਡ ਦਿਓ ਪ੍ਰਸ਼ਾਸਨ ਨੂੰ ਬਾਅਦ ਚੋਂ ਤੁਸੀਂ ਜਾ ਕੇ ਫੋਨ ਕਰਿਆ ਕਰੋ ਵੀ ਸਿਰ ਆ ਵੜ ਕੇ ਲੈ ਜਾਂਦਾ ਮਿੱਤਰਾ ਇਹਨੇ ਸਾਡੇ ਧੀ ਪੈਣਾ ਬੇਪਤੀ ਜੋ ਕਾਰਵਾਈ ਕਰਨੀ ਆ ਕਰ ਲਾ ਇਹ ਲੱਗਦਾ ਨੇ ਵੀ ਨਸਾਂ ਦੇ ਮਾਮਲੇ ਚ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਕੀ ਲੱਗਦਾ ਕਿ ਨਮੋਸ਼ੀ ਕੀ ਦੀ ਹੈ ਕਿਉਂ ਨਹੀਂ ਕਰ ਰਹੀ ਹਜ ਤੱਕ ਹੋਈ ਵੀਰ ਜੀ ਮੈਨੂੰ ਇੱਕ ਸਮਝ ਨਹੀਂ ਗੱਲ ਆਉਂਦੀ ਵੀ ਆ ਜਿਹੜੀਆਂ ਧੀਆ ਪੈਣਾ ਸਾਡੀਆਂ ਰੋਕ ਉਰਲਾ ਕੇ ਇਹ ਕਹਿੰਦੀਆਂ ਨੇ ਵੀ ਆ ਸਾਡੀ ਕਾਰਵਾਈ ਕੋਈ ਨਹੀਂ ਹੋਈ ਜਾਂ ਉਹ ਚ ਨੇ ਕੀ ਗੱਲ ਇਹ ਕਿਤੇ ਮੈਂ ਕਹਿੰਦਾ ਜੀ ਇਹਨਾਂ ਨੇ ਇੰਨੀ ਹਿੰਮਤ ਕੀਤੀ ਆ ਤੇ ਮੈਂ ਇਹਨਾਂ ਪੈਣਾ ਨੂੰ ਕਹਿਣਾ ਵਾਂ ਕਿ ਮੈਨੂੰ ਤੁਸੀਂ ਨਾ 855709782623 ਮੇਰਾ ਨੰਬਰ ਆ ਕਿਸੇ ਵੀ ਧੀ ਪੈਣ ਦੇ ਨਾਲ ਤੱਕਾ ਹੁੰਦਾ ਵਾ ਮੈਂ ਕਹਿੰਦਾ ਵਾਂ ਆ ਪੰਜਾਬੀ ਲੋਕ ਚੈਨਲ ਦੇ ਰਾਹੀਮ ਅੱਜ ਮੈਂ ਬਿਆਨ ਕਰਦਾ ਵਾਂ ਕਿ ਜੇ ਕਿਸੇ ਨੇ ਪੰਜਾਬ ਦੇ ਵਿੱਚ ਕਿਸੇ ਧੀ ਪਰਾਂ ਤੱਕਾ ਹੁੰਦਾ ਵਾ ਜਾਂ ਕੋ ਦਾਜ ਮੰਗਦਾ ਵਾ ਜਾਂ ਦਾਜ ਲੈ ਕੇ ਵੀ ਮਾਰਦੇ ਕੁੱਟਦੇ ਆ ਸਾਡੀਆਂ ਧੀਆਂ ਨੂੰ ਦਾਜ ਦੀ ਬੜੀ ਚਾੜ ਦਿੱਤਾ ਜਾਂਦਾ ਵਾ ਸਾਡੇ ਨਾਲ ਸੰਪਰਕ ਕਰੋ ਸਾਡੇ ਨਾਲ ਮੈਂਬਰ ਬਣੋ ਤਾਂ ਜੋ ਅਸੀਂ ਸਰਕਾਰਾਂ ਤੋਂ ਮੈਂ ਕਹਿੰਦਾ ਬੇਸ਼ੱਕ ਸਾਨੂੰ ਬਾਹਰ ਹੋ ਕੇ ਵੀ ਧੀਆਂ ਆਪਣਾ ਰੱਖੀ ਕਰਨੀ ਪਵੇ ਅਸੀਂ ਕਰਨ ਨੂੰ ਤਿਆਰ ਹਾਂ ਹੁਣ ਇਹ ਲੱਗਦਾ ਨਹੀਂ ਵੀ ਦਵਿੰਦਰ ਜੀ ਇੱਕ ਜਿਹੜਾ ਕਲੰਕ ਹੋ ਜਿਹੜਾ ਉਹ ਲੱਗਿਆ ਵਾ ਸਿੱਸੇ ਵਾਲੇ ਤੇ ਜਿਹੜਾ ਇਹ ਜਿਹੜਾ ਰਣਾ ਵਾ ਲੜਕੀਆਂ ਜਿਹੜੀਆਂ ਲਗਾ ਰੀਆਂ ਨੇ ਅਸੀਂ ਹਰਕਤਾਂ ਆ ਲੀਆਂ ਵਿਰਜੀ ਕਲੰਕ ਕਾਦਾ ਉਹ ਤਾਂ ਹੈ ਕਲੰਕੀ ਆ ਬੰਦਾ ਨਾ ਮਰਦ ਬੰਦਾ ਗੰਦਾ ਬੰਦਾ ਉਹ ਇਹੋ ਜਿਹੇ ਬੰਦੇ ਨੂੰ ਤਾਂ ਮੈਂ ਕਹਿੰਦਾ ਦੇਸ਼ ਨਿਕਾਲਾ ਦੋ ਫਿਰ ਵੀ ਜਦ ਸਿਕਿਉਰਟੀਆਂ ਭਾਲਦੇ ਸਰਕਾਰਾਂ ਤੋਂ ਕੀ ਉਮੀਦ ਕਰਦੇ ਹੋ ਸਰਕਾਰਾਂ ਨਾਲ ਮਿਲੀਆਂ ਇਹਨਾਂ ਦੇ ਸਰਕਾਰਾਂ ਤੇ ਆਪ ਇਹਨਾਂ ਲੋਕਾਂ ਨੂੰ ਸੰਗੋ ਕੰਜਰਾਂ ਨੂੰ ਕੁੜੀਆਂ ਪ੍ਰੋਵਾਈਡ ਕਰਦੀਆਂ ਵਾ ਲਿਆ ਲਿਆ ਕਰਵਾਉਂਦੇ ਨੇ ਜੇ ਸਰਕਾਰਾਂ ਸਾਡੀਆਂ ਚੱਜਦੀਆਂ ਹੋਣ ਤੇ ਕੀ ਗੱਲ ਇਹੋ ਜਿਹੇ ਕੁੱਤੇ ਜਿਹੜੇ ਆ ਸਮਾਜ ਚ ਕਿਤੇ ਪੈਦਾ ਹੋ ਸਕਦੇ ਆ ਕਦੇ ਵੀ ਨਾ ਸਕਦੇ ਉਹ ਮੈਂ ਕਹਿੰਦਾ ਆਜੋ ਵੀ ਇਹਨੂੰ ਜੇਲ੍ਹ ਚੋਂ ਬਾਹਰ ਕੱਢੋ ਸ਼ਰਿਆਂ ਮੇ ਜਨਤਾ ਦੇ ਸਾਹਮਣੇ ਧੌਣ ਲਾ ਦਿਓ ਕਮ ਸੇ ਕਮ ਜਿਹੜੇ ਹੋਰ ਇੱਥੇ ਡੇਰੇ ਬੈਨੇ ਨੇ ਇਹਨਾਂ ਨੂੰ ਪਤਾ ਲੱਗ ਜੇ ਉਹਨਾਂ ਨੂੰ ਵੀ ਅਹੀ ਵਾਕਈ ਕਿਸੇ ਤੀਪੈ ਨਾ ਮਾੜਾ ਕਰਾਂਗੇ ਸਾਡੇ ਸਿਰ ਦਾ ਲੱਥਨੇ ਨੇ। ਲਾਤ ਸਵਾਦ ਨਹੀਂ ਕਿ ਲੱਗਦਾ ਨਹੀਂ ਅਜਿਹੇ ਹਸਪਤਾਲਾਂ ਜਿਹੜੇ ਅਜਿਹੇ ਆਜ ਸਮਿਆਂ ਜਿਹੜੇ ਗਲਤ ਕੰਮ ਹੁੰਦਾ ਵਾ ਇਹ ਬੰਦ ਹੋਣੇ ਚਾਹੀਦੇ ਨੇ। ਵੀਰ ਜੀ ਬਿਲਕੁਲ ਬੰਦ ਹੋਣੇ ਚਾਹੀਦੇ ਆ ਇਹਦੇ ਚ ਕੋਈ ਦੋਰਿਆ ਨਹੀਂ ਹੈਗੀ ਪਰ ਸਿਆਪਾ ਤੇ ਹਨਾ ਮੇਰੇ ਵੀ ਬੰਦ ਕਰੇਗਾ ਕਿਹੜਾ ਜਿਨ੍ਹਾਂ ਨੇ ਬੰਦ ਕਰਨੇ ਆ ਉਹ ਤੇ ਕੰਜਰ ਆਪ ਸ਼ੋਸ਼ਨ ਕਰਨ ਦੇ ਦਫ਼ਤਰਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਮੈਂ ਕਹਿੰਦਾ ਸਾਰਾ ਕੁਝ ਇਹ ਪਹਿਲਾਂ ਆਪ ਕੰਜਰ ਸੁਧਰਣ। ਹਾਂ ਅੱਜ ਇੱਕ ਗੱ ਇਤੇ ਬੱਚੀ ਨਾਲ ਚਿਪ ਥੱਲੇ ਲੱਗੀ ਹੁੰਦੀ ਕਿਸੇ ਮੰਤਰੀ ਦੀ ਕੁੜੀ ਦਾ ਛੇੜਛਾੜ ਹੋਈ ਹੁੰਦੀ ਫੇਰ ਮੈਂ ਕਹਾ ਮਿੱਤਰੋ ਤੁਸੀਂ ਬੜਾ ਕੁਛ ਕਰਨਾ ਸੀ ਪਰ ਲੱਖ ਲਾਣਤਾ ਅਕੱਲ ਲੁਧਿਆਣੇ ਇੱਕ ਛੋਟੀ ਜੀ ਬੱਚੀ 16 ਸਾਲ ਦੀ ਬੱਚੀ ਕਿਸੇ ਦੇ ਘਰ ਕੰਮ ਕਰਦੀ ਆ ਕਿਸੇ ਦੇ ਭਾਂਡੇ ਮਾਂਜ ਕੇ ਆਪਣਾ ਪੇਟ ਪਾਲਣ ਦੀ ਤੋ ਉਹਨਾਂ ਕੰਜਰਾਂ ਨੇ ਚਾਰ ਜਣ ਰਲ ਕੇ ਉਹ ਬੱਚੀ ਦਾ ਰੇਪ ਕੀਤਾ ਤੋ ਦੀ ਮੂਵੀ ਬਣਾਈ ਤੁਹਾਨੂੰ ਇਹ ਤਮਕਾਤਾ ਕਿ ਜੇ ਤੂੰ ਦੱਸਿਆ ਆਪਣੇ ਘਰ ਤੇ ਅਸੀਂ ਤੇਰਾ ਜਿਹੜਾ ਵਾ ਇਹ ਸੋਸ਼ਲ ਮੀਡੀਆ ਤੇ ਵਾਇਰਲ ਕਰਦਾਂਗੇ ਤੇ ਉਹ ਪਰਿਵਾਰ ਆ ਜ਼ਰੂਰ ਆ ਵਾ ਤੇ ਉਹ ਜੇ ਨਾਲ ਕਮਿਸ਼ਨਰ ਨਾਲੇ ਹੋਏ ਨੇ ਉਹ ਜੇ ਨਾਲ ਸਿਆਸਤਦਾਨ ਨਾਲੇ ਹੋਏ ਨੇ ਜਿਹੜੇ ਢੁੰਡੀਆਂ ਇੱਕ ਦੂਜੇ ਨਾਲ ਵਿੱਚ ਪਾ ਕੇ ਜਿਹੜਾ ਮਸਲੂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਕਹਿੰਨਾ ਪੰਜਾਬ ਦੇ ਵਿੱਚ ਜੇ ਕਿਸੇ ਧੀ ਭੈਣ ਨਾਲ ਕੋਈ ਬੇਪਤੀ ਕਰਦਾ ਵਾ ਉਹਦਾ ਸ਼ਰੀਆਮ ਸਿਰ ਲਾ ਦਿਓ ਬਾਕੀਆਂ ਗੱਲਾਂ ਸਾਰੀਆਂ ਬਾਅਦ ਵਿੱਚ ਆਪ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਐਸੀ ਸਾਡੇ ਨਾਲ ਗੱਲ ਬਾਕੀ ਦੀ ਭਾਈ ਜੁੰਦਰ ਸਿੰਘ ਜੀ ਜਿਹੜੇ ਕੀ ਸੰਤ ਸਫਾਈ ਗਰੁੱਪ ਦੇ ਨੇ ਜਦੋਂ ਵੀ ਕਿਸੇ ਧੀ ਭੈਣ ਦੀ ਜਾਂ ਗੱਲ ਆਉਂਦੀ ਆ ਜਾਂ ਕਿਸੇ ਧੀ ਭੈਣ ਦੀ ਇੱਜ਼ ਸਰ ਨੇ ਭਾਈ ਦੁੰਦਰ ਸਿੰਘ ਜੀ ਉਦੋਂ ਹੀ ਡਟ ਕੇ ਖੜਦੇ ਨੇ ਅਤੇ ਉਹਨਾਂ ਨੇ ਲਾਂਤਾਂ ਪਾਈਆਂ ਸਰਕਾਰ ਨੂੰ ਵੀ ਅਤੇ ਕਿਹਾ ਵੀ ਜਿਹੜੇ ਸਿਆਸੀ ਜਿਹੜੇ ਨੇ ਵੋਟਾਂ ਦੀ ਖਾਤਰ ਆਪਣੀ ਜਿਹੜੀ ਰਾਜਨੀਤੀ ਕਰਦੇ ਨੇ ਅਜਿਹੇ ਸਾਦਾਂ ਤੇ ਜਾਂ ਇਹ ਅਜਿਹੇ ਆਸ਼ਰਮ ਜਾਂਦੇ ਹਸਪਤਾਲ ਨੇ ਬੰਦ ਹੋਣ ਚਾਹੀਦੇ ਨੇ ਅਤੇ ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਵੀ ਜਿਹੜੀ ਆਪਣੀਆਂ ਲੋਕੀ ਜਵਾਨ ਜਿਹੜੀਆਂ ਧੀਆ ਪੜਾਣ ਨੂੰ ਜਿਹੜੇ ਉਹ ਡੇਰਿਆਂ ਤੇ ਭੇਜਦੇ ਨੇ ਜਾਂ ਕਹਿ ਸਕਦੇ ਆ ਆਸ਼ਰਮਾਂ 'ਚ ਭੇਜਦੇ ਨੇ ਅਜਿਹੇ ਲੋਕਾਂ ਨੂੰ ਬੰਦ ਕਰਨਾ ਚਾਹੀਦਾ ਹੈ ਅਮਰਸਤੋਂ ਪੰਜਾਬੀ ਲੋਕ ਚੈਨਲ ਦੀ ਹਰਜੀਤ ਗਰੇਵਾਲ ਦੀ ਖਾਸ